ਤੁਸੀਂ ਚੱਕ ਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਕੁਰਵਿੰਦਰ ਸਿੰਘ ਚੰਨੀ ਇੱਕ ਤੋਂ ਬਾਅਦ ਇੱਕ ਵੱਡੇ ਐਲਾਨ ਕਰ ਰਹੇ ਨੇ ਪਰ ਉਹਨਾਂ ਐਲਾਨਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਰਿਹਾ ਇਹ ਇਲਜ਼ਾਮ ਨਵਜੋਤ ਸਿੰਘ ਸਿੱਧੂ ਨੇ ਭਰੀ ਸਟੇਜ ਤੋਂ ਲਗਾ ਦਿੱਤੇ ਜਦੋਂ ਉਹਨਾਂ ਨੇ ਕਿਹਾ ਕਿ ਰੇਤੇ ਦੀ ਟਰਾਲੀ ਹੁਣ ਵੀ 3400 ਰੁਪਏ ਨੂੰ ਵਿਕ ਰਹੀ ਹੈ ਵੱਡਾ ਇਲਜ਼ਾਮ ਲਗਾਇਆ ਚਰਨਜੀਤ ਚੰਨੀ ਦੀ ਮੌਜੂਦਗੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਜਿਸ ਤੋਂ ਬਾਅਦ ਵਿਰੋਧੀਆਂ ਨੇ ਵੀ ਇਹ ਗੱਲ ਚੁੱਕੀ ਵਿਰੋਧੀ ਲਗਾਤਾਰ ਸਰਗਰਮ ਸੀ ਲਗਾਤਾਰ ਕਹਿ ਰਹੇ ਨੇ ਕਿ ਚੰਨੀ ਸਰਕਾਰ ਐਲਾਨਾਂ ਦੀ ਸਰਕਾਰ ਬਣ ਗਈ ਜਦੋਂ ਚੋਣਾਂ ਸਿਰ ਤੇ ਨੇ ਆ ਵੀ ਚੱਕੋ ਆ ਵੀ ਚੱਕੋ ਆ ਵੀ ਚੱਕੋ ਯਾਨੀ ਸਾਰੇ ਐਲਾਨ ਕਰ ਰਹੇ ਨੇ ਪਰ ਉਹ ਐਲਾਨ ਪੂਰੇ ਨਹੀਂ ਹੋ ਰਹੇ ਇਸ ਨੂੰ ਲੈ ਕੇ ਵਿਰੋਧੀ ਹਮਲਾਵਰ ਨੇ ਤਾਂ ਉੱਚ ਅਧਿਕਾਰੀਆਂ ਦੀ ਮੀਟਿੰਗ ਲਈ ਹੈ ਸੀਐਮ ਚਰਨਜੀਤ ਚੰਨੀ ਨੇ ਮੀਟਿੰਗ ਲਈ ਹੈ ਮੀਟਿੰਗ ਦੇ ਵਿੱਚ ਕਰਮਚਾਰੀਆਂ ਨੂੰ ਮੁਲਾਜ਼ਮਾਂ ਨੂੰ ਐਲਾਨ ਜਿਹੜੇ ਹੈ ਉਹ ਜ਼ਮੀਨੀ ਪੱਧਰ ਤੇ ਲਾਗੂ ਕਰਵਾਉਣ ਲਈ ਕਿਹਾ ਹੈ ਸਮੀਖਿਆ ਬੈਠਕ ਹੋਈ ਹੈ ਕਿ ਕਿਹੜੇ ਐਲਾਨ ਹੋ ਗਏ ਨੇ ਜਿਹੜੇ ਲਾਗੂ ਹੋ ਗਏ ਨੇ ਤੇ ਕਿਹੜੇ ਐਲਾਨ ਲਾਗੂ ਹੋਣ ਤੋਂ ਬਚੇ ਨੇ ਕਿਹੜੇ ਵਾਂਝੇ ਨੇ ਕਿਤੇ ਕੀ ਕੰਮ ਹੋਇਆ ਹੈ ਇਸ ਬਾਬਤ ਉੱਚ ਅਧਿਕਾਰੀਆਂ ਦੇ ਨਾਲ ਚਰਨਜੀਤ ਚੰਨੀ ਨੇ ਮੀਟਿੰਗ ਕੀਤੀ ਹੈ ਮੀਟਿੰਗ ਕਰਕੇ ਰਿਪੋਰਟ ਲਈ ਹੈ ਤੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਜੋ ਵੀ ਸੀਐਮ ਦੇ ਵੱਲੋਂ ਐਲਾਨ ਕੀਤੇ ਗਏ ਨੇ ਉਹਨਾਂ ਐਲਾਨਾਂ ਨੂੰ ਰੂਬਹੂ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਕਰਵਾਇਆ ਜਾਵੇ ਤਾਂ ਕਿ ਵਿਰੋਧੀਆਂ ਦਾ ਮੂੰਹ ਬੰਦ ਕਰਿਆ ਜਾ ਸਕੇ ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਣੇ ਰਹੋ ਚੱਕਦੇ ਟੀਵੀ ਦੇ ਨਾਲ ਚਮਤਕਾਰ ਹੁੰਦੇ ਨੇ ਦੇਖੋ ਆਪਣੀਆਂ ਅੱਖਾਂ ਸਾਹਮਣੇ 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ ਸੱਤ ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ ਪਤੀ ਪਤਨੀ ਚੰਬਣ ਕਾਲੇ ਜਾਦੂ ਦਾ ਖਾਤਮਾ ਬਿਮਾਰੀ 'ਚ ਦਵਾ ਨਾ ਲੱਗਣਾ ਵਸ਼ੀਕਰਨ ਕਰਵਾਓ ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ 7082844950